ਹਾਂਜੀ ਪਿਆਰਿਓ, ਤੇ ਸੱਚੀ ਸਟੋਰੀ ਟੀਵੀ ਚੈਨਲ ਤੇ ਜੀ ਆਇਆਂ ਨੂੰ ਕਹਿੰਦੇ ਆ, ਤੇ ਅੱਜ ਅਸੀਂ ਤੁਹਾਨੂੰ ਸੁਲਤਾਨਰੀ ਦੀ ਉਹ ਫਿਲਮ ਦੱਸਾਂਗੇ ਕਿ ਯਾਰ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਸੁਲਤਾਨਰੀ ਇਸ ਫਿਲਮ ਦੇ ਸੈੱਟ ਤੇ ਰੋ ਪਿਆ ਸੀ। ਤੇ ਕਿਹੜੀ ਉਹ ਫਿਲਮ ਤੇ ਕੀ ਹੁੰਦਾ ਨਾਂ ਤੇ ਕਿਹੜੇ ਹੁੰਦੇ ਹਦਾਇਤਕਾਰ ਨੇ, ਇਹ ਸੁਣਿਓ, ਤੁਸੀਂ ਵੀ ਸੁਣੋਗੇ ਨਾ। ਤੇ ਯਾਰ ਮੈਨੂੰ ਉਮੀਦ ਹੈ ਕਿ ਤੁਹਾਡੇ ਵੀ ਹੋਸ਼ ਗੁੰਮ ਹੋ ਕੇ ਰਹਿ ਜਾਣਗੇ ਕਿ ਯਾਰ ਇਸ ਫਿਲਮ ਦੇ ਸੈੱਟ ਤੇ ਸੁਲਤਾਨਰੀ ਕਿਉਂ ਰੋਇਆ। ਤੇ ਸੁਣਿਓ, ਤੁਸੀਂ ਸੁਣੋਗੇ ਨਾ ਤੇ ਯਾਰ ਤੁਹਾਡੇ ਵੀ ਹੋਸ਼ ਗੁੰਮ ਹੋ ਕੇ ਰਹਿ ਜਾਣਗੇ ਕਿ ਇਸ ਫਿਲਮ ਦੇ ਸੈੱਟ ਤੇ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਪਹਿਲੀ ਦਫਾ ਸੁਲਤਾਨਰੀ ਰੋਇਆ ਸੀ। ਤੇ ਜੇ ਸੁਣਿਓ ਤੁਸੀਂ ਇਹ ਮੇਰੀ ਸਟੋਰੀ ਪੂਰੀ ਸੁਣਨਾ ਚਾਹੁੰਦੇ ਜੀ ਤੇ ਮੇਰੀ ਵੀਡੀਓ ਨਾਲ ਜੁੜੇ ਰਹੋ। ਤੇ ਜੇ ਪਿਆਰੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਦਫਾ ਆਏ ਜੇ ਤੇ ਯਾਰ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਆਓ ਫਿਰ ਵੀਡੀਓ ਸ਼ੁਰੂ ਕਰੀਏ ਤੇ ਅਸੀਂ ਤੁਹਾਨੂੰ ਦੱਸੀਏ ਕਿ ਯਾਰ ਉਹ ਸੁਲਤਾਨਰੀ ਦੀ ਕਿਹੜੀ ਫਿਲਮ ਹੈ ਕਿ ਜਿਹਦੇ ਵਿੱਚ ਯਾਰ ਇਹ ਫਿਲਮ ਦੇ ਸੈੱਟ 'ਤੇ ਰੋ ਪਿਆ। ਅਤੇ ਉਹ ਫਿਲਮ ਦਾ ਨਾਂ ਸੁਣਿਓ, 1981 ਦੇ ਵਿੱਚ ਫਿਲਮ ਆਈ ਸੀ ਸਾਲਾ ਸਾਹਿਬ, ਅਤੇ ਇਹਦੇ ਹਦਾਇਤਕਾਰ ਕੌਣ ਨੇ? ਅਲਤਾਫ ਹੁਸੈਨ ਸਾਹਿਬ। ਅਤੇ ਇਹਦੇ ਵਿੱਚ ਅਦਾਕਾਰਾ ਅੰਜਮਨ ਨੇ ਇੱਕ ਤਵੈਫ ਦਾ ਰੋਲ ਕੀਤਾ ਅਤੇ ਇਹਨੇ ਹੀਰੇ ਬਦਮਾਸ਼ ਦਾ ਰੋਲ ਕੀਤਾ। ਅਤੇ ਯਾਰ ਸੁਲਤਾਨਰੀ ਨੂੰ ਇਹ ਤਵੈਫ ਦੇ ਨਾਲ ਇਸ਼ਕ ਹੋ ਜਾਂਦਾ ਅਤੇ ਜਦੋਂ ਆਪਦੇ ਪਿਆਰ ਦਾ ਇਹਨੂੰ ਜ਼ਹਾਰ ਕਰਦਾ ਨਾ, ਉਦੋਂ ਯਾਰ ਰੋ ਪੈਂਦਾ ਕਿ ਮੈਂ ਤੇਰੇ ਨਾਲ ਇਸ਼ਕ ਕਰਨਾ, ਕਿ ਯਾਰ ਇੱਥੋਂ ਤੀਕਰਾਂ ਕਿ ਹੱਥ ਜੋੜ ਦਿੰਦਾ ਅਤੇ ਰੋਂਦੇ ਨੂੰ ਵਹਾਇਆ ਗਿਆ। ਅਤੇ ਯਾਰ ਇਹ ਜਦੋਂ ਫਿਲਮ ਇੰਡਸਟਰੀ ਵਾਲਿਆਂ ਨੂੰ ਪਤਾ ਲੱਗਾ, ਲੋਕਾਂ ਦੂਸਰੇ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ, ਕਿ ਇਸ ਫਿਲਮ ਦੇ ਵਿੱਚ ਸੁਲਤਾਨਰੀ ਇੱਕ ਤਵੈਫ ਦੇ ਅੱਗੇ ਰੋਇਆ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਪਹਿਲੇ ਯਾਰ ਸੁਲਤਾਨਰੀ ਦਾ ਇਹੋ ਜਿਹਾ ਰੋਲ ਲਿਆ ਹੀ ਨਹੀਂ ਸੀਗਾ, ਕਿ ਦੁਨੀਆ ਮੁਹੱਬਤ ਹੀ ਨਹੀਂ ਕਰਦੀ ਸੀ, ਚਾਹਤ ਹੀ ਨਹੀਂ ਕਰਦੀ ਸੀ, ਕਿ ਸੁਲਤਾਨਰੀ ਦਾ ਯਾਰ ਨਾਂ ਬੈਨਰ 'ਤੇ ਲੱਗ ਜਾਂਦਾ ਸੀ ਨਾ, ਅਤੇ ਉਸ ਫਿਲਮ ਦੀਆਂ ਟਿਕਟਾਂ ਹੱਥੋਂ ਹੱਥੀ ਵਿਕ ਜਾਂਦੀਆਂ ਸਨ। ਅਤੇ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਦੂਸਰੇ ਸਨ ਨਾ, ਯਾਰ ਅਲਤਾਫ ਹੁਸੈਨ ਦੇ ਘਰ ਪਹੁੰਚ ਗਿਆ, ਉਹਨਾਂ ਕਿਹਾ ਕਿ ਇਸ ਫਿਲਮ ਦੇ ਜਿਹੜੇ ਇਹ ਸੀਨ ਤੂੰ ਲੈ ਨੇ ਨਾ, ਕਿ ਸੁਲਤਾਨਰੀ ਰੋਂਦੇ ਨੂੰ ਤੂੰ ਵਹਾਇਆ, ਅਤੇ ਜਦੋਂ ਇਹ ਸੈਲਮੇ ਲੱਗਣੀ ਹੈ ਨਾ, ਅਤੇ ਸਾਨੂੰ ਉਮੀਦ ਹੈ ਕਿ ਤੂੰ ਰੋਵੇਂਗਾ, ਅਤੇ ਸੀਨ ਕੱਟ ਦੇ। ਅਤੇ ਅਲਤਾਫ ਹੁਸੈਨ ਨੇ ਕਿਹਾ ਕਿ ਨਹੀਂ, ਮੈਂ ਸੀਨ ਕੱਟਣੇ, ਮੈਂ ਅੱਲਾ ਦੇ ਡੋਰੀਆਂ ਸੱਟੀਆਂ ਕਿ ਮੈਂ ਯਾਰ ਇਹ ਜਿਹਾ ਹੀ ਕੰਮ ਕਰਨਾ, ਭਾਵੇਂ ਫਿਲਮ ਚੱਲੇ ਜਾਂ ਨਾ ਚੱਲੇ। ਅਤੇ ਜਦੋਂ ਸੁਣਿਓ ਫਿਲਮ ਸੈਲਮੇ ਦੇ ਵਿੱਚ ਲੱਗੀ ਅਤੇ ਉਹ ਸੀਨ ਲਾ ਤੇ ਯਾਰ, ਅਲਤਾਫ ਹੁਸੈਨ ਨੇ ਬੜੀਆਂ ਬੜੀਆਂ ਪਾਕਿਸਤਾਨ ਨੂੰ ਸੁਪਰ ਹਿੱਟ ਫਿਲਮਾਂ ਦਿੱਤੀਆਂ, ਜਿਸ ਤਰ੍ਹਾਂ ਧੀ ਰਾਣੀ, ਮਹਿੰਦੀ, ਯਾਰ ਉਹ ਘਰੇਲੂ ਫਿਲਮਾਂ ਇਹੋ ਜਿਹੀਆਂ ਬਣਾ ਦਿੱਤੀਆਂ ਉਹਨੇ ਕਿ ਯਾਰ ਤੁਸੀਂ ਅੱਜ ਵੀ ਵੇਖੋ ਨਾ ਅਤੇ ਮੈਨੂੰ ਉਮੀਦ ਹੈ ਕਿ ਯਾਰ ਤੁਹਾਡੇ ਹੋਸ਼ ਗੁੰਮ ਹੋ ਕੇ ਰਹਿ ਜਾਣਗੇ। ਅਤੇ ਆਖਰਕਾਰ 1981 ਦੇ ਵਿੱਚ ਜੀ ਯਾਰ ਇਹ ਜਦੋਂ ਸੈਲਮੇ ਫਿਲਮ ਲੱਗੀ ਅਤੇ ਵਾਮ ਨੇ ਕੀ ਕੀਤਾ ਕਿ ਯਾਰ ਰਸ਼ ਪਾ ਕੇ ਰੱਖ ਦਿੱਤਾ, ਕਿ ਯਾਰ ਇਹ ਸੀਨ ਨੂੰ ਨਾ ਲੋਕਾਂ ਨੇ ਇੰਨਾ ਕੁ ਜ਼ਿਆਦਾ ਪਸੰਦ ਕੀਤਾ ਕਿ ਛੱਡ ਗੱਲ ਹੀ ਦਿਓ, ਕਿ ਇਹ ਫਿਲਮ ਅੱਜ ਵੀ ਯਾਰ ਯੂਟਿਊਬ 'ਤੇ ਪਈ ਹੈ, ਤੁਸੀਂ ਜਾ ਕੇ ਵੇਖੋ ਨਾ ਅਤੇ ਯਾਰ ਤੁਹਾਡੇ ਹੋਸ਼ ਗੁੰਮ ਹੋ ਕੇ ਰਹਿ ਜਾਣ। ਕਿ ਸੁਲਤਾਨਰੀ ਯਾਰ ਇਸ ਤਰ੍ਹਾਂ ਅਦਾਕਾਰਾ ਅੰਜਮਨ ਨੂੰ ਪਿਆਰ ਦਾ ਜ਼ਹਾਰ ਕਰ ਰਿਹਾ ਅਤੇ ਰੋ ਪਿਆ ਫਿਲਮ ਦੇ ਸੈੱਟ 'ਤੇ, ਅਤੇ ਲੋਕਾਂ ਨੇ ਯਾਰ ਤਾਂ ਵੀ ਇਹਨੂੰ ਮੁਹੱਬਤਾਂ ਦਿੱਤੀਆਂ। ਅਤੇ ਅਲਤਾਫ ਹੁਸੈਨ ਇਸ ਫਿਲਮ ਦੇ ਬਾਅਦ 'ਚ ਉਹ ਇੰਟਰਵਿਊ ਦਿੰਦੇ ਹੋਏ ਇਹ ਸਾਰਾ ਵਾਕਿਆ ਉਹਨੇ ਬਿਆਨ ਕੀਤਾ ਅਤੇ ਉਹਨੇ ਕਿਹਾ ਕਿ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਰੋਲੇ ਪੈ ਗਿਆ ਸਨ, ਕਿ ਅਲਤਾਫ ਸਾਹਿਬ ਇਹ ਤੁਸੀਂ ਕੀ ਕੀਤਾ ਕਿ ਪਾਕਿਸਤਾਨ ਦਾ ਕੀ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਅਦਾਕਾਰ ਸੁਲਤਾਨਰੀ ਅਤੇ ਯਾਰ ਤੂੰ ਇਹਨੂੰ ਰੋਂਦੇ ਨੂੰ ਵਹਾਉਣ ਡਿਆ, ਅਤੇ ਜਦੋਂ ਇਹ ਸੈਲਮੇ ਦੇ ਵਿੱਚ ਲੱਗਣਾ ਹੈ ਨਾ ਸੀਨ, ਅਤੇ ਲੋਕਾਂ ਨੇ ਸੈਲਮਿਆਂ ਨੂੰ ਅੱਗਾਂ ਲਾ ਦੇਣੀਆਂ, ਅਤੇ ਲੇਕਿਨ ਨਹੀਂ ਪਿਆਰਿਓ,
ਇਹ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਸੁਪਰ ਡੁਪਰ ਹਿੱਟ ਫਿਲਮ ਗਈ ਸੀ। ਅਤੇ ਇਹ ਪਿਆਰਿਓ ਸਾਡੀ ਅੱਜ ਦੀ ਸਟੋਰੀ। ਅਤੇ ਜੇ ਤੁਸੀਂ ਮਜ਼ੀਦ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਸੁਣਨਾ ਚਾਹੁੰਦੇ ਜੇ ਜਾਂ ਵੇਖਣਾ ਚਾਹੁੰਦੇ ਜੇ ਤਾਂ ਪਿਆਰਿਓ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਅਤੇ ਨਾਲੇ ਸੋਹਣੇ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚੋਂ ਵੇਖ ਰਹੇ ਜੇ।